ਪੰਜਾਬ ਦੇ ਦਰਿਆਈ ਪਾਣੀਆਂ 'ਤੇ ਪੱਕੇ ਤੌਰ 'ਤੇ ਕਾਬਜ ਹੋਣ ਦੀ ਕੋਸ਼ਿਸ਼ 2011 ਵਿੱਚ ਵੀ ਹੋਈ, ਜਦੋਂ ਮਨਮੋਹਨ ਸਿੰਘ ਸਰਕਾਰ ਦੁਆਰਾ ਕੁਦਰਤੀ ਸਰੋਤਾਂ ਦੇ ਖਾਤਮੇ ਦੀ ਜਾਂਚ ਲਈ ਬਣਾਈ ਇੱਕ ਪੈਨਲ ਕਮੇਟੀ ਉਹਦੇ ਮੁਖੀ ਅਸ਼ੋਕ ਚਾਵਲਾ ਨੇ ਪਾਣੀ ਨੂੰ ਸੰਵਿਧਾਨ ਦੀ ਰਾਜ ਸੂਚੀ ਵਿੱਚੋਂ ਕੱਢ ਕੇ ਸੰਵਰਤੀ ਸੂਚੀ ਵਿੱਚ ਪਾਉਣ ਦੀ ਸਿਫਾਰਸ਼ ਕੀਤੀ। ਅਜਿਹਾ ਹੋਣ ਨਾਲ ਕੇਂਦਰ ਨੂੰ ਵੀ ਪਾਣੀਆਂ ਬਾਰੇ ਕੋਈ ਵੀ ਫੈਸਲਾ ਕਰਨ ਦਾ ਹੱਕ ਮਿਲ ਜਾਣਾ ਸੀ। ਪੰਜਾਬ ਸਰਕਾਰ ਨੇ ਅਜਿਹੀ ਸਿਫਾਰਸ਼ ਦਾ ਕੋਈ ਵੀ ਵਿਰੋਧ ਨਹੀਂ ਕੀਤਾ। ਪੰਜਾਬ ਸਰਕਾਰ ਨੇ ਦਹਾਕਿਆਂ ਪਹਿਲਾਂ ਦਸ਼ਮੇਸ਼ ਨਹਿਰ ਬਣਾਉਣ ਦਾ ਐਲਾਨ ਵੀ ਕੀਤਾ ਸੀ। ਇਸ ਨਹਿਰ ਰਾਹੀਂ ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਇਲਾਕੇ ਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਪਹੁੰਚਾਇਆ ਜਾਣਾ ਸੀ। ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਸ ਨਹਿਰ ਦਾ ਕੀ ਬਣਿਆ। ਜੇ ਪੰਜਾਬ ਦੀਆਂ ਸਰਕਾਰਾਂ ਪੰਜਾਬ ਦੇ ਲੋਕਾਂ ਪ੍ਰਤੀ ਸੁਹਿਰਦ ਹੁੰਦੀਆਂ ਤਾਂ ਹੁਣ ਤੱਕ ਟਿਊਬਵੈੱਲਾਂ ਤੋਂ ਕਿਸਾਨ ਦੀ ਨਿਰਭਰਤਾ ਖਤਮ ਕਰ ਦਿੰਦੀਆਂ। ਪੰਜਾਬ ਦੀ ਕਿਸੇ ਵੀ ਸਿਆਸੀ ਧਿਰ ਨੇ ਪਿਛਲੇ ਸਮੇਂ ਦੌਰਾਨ ਹੋਰਨਾਂ ਸੂਬਿਆਂ ਵੱਲੋਂ ਲੈ ਵਿਧਾਨਕ ਪੈਂਤੜਿਆਂ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ। ਆਪਣੀ ਗੱਲ ਦੀ ਦਲੀਲ ਲਈ ਮੈਂ ਇੱਥੇ ਦੋ ਘਟਨਾਵਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਪਹਿਲਾ ਇਹ ਕਿ ਨਰਮਦਾ ਵਾਟਰ ਡਿਸਪਿਊਟ ਟ੍ਰਿਬਿਊਨਲ ਦਾ 23 ਫਰਵਰੀ 1972 ਨੂੰ ਇੱਕ ਫੈਸਲਾ ਆਇਆ ਸੀ। ਇਹ ਟ੍ਰਿਬਿਊਨਲ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿਚਕਾਰ ਨਰਮਦਾ ਨਦੀ ਦੇ ਪਾਣੀ ਨੂੰ ਲੈ ਕੇ ਹੋਏ ਝਗੜੇ ਦੇ ਹੱਲ ਲਈ ਬਣਾਇਆ ਗਿਆ ਸੀ। ਪੰਜਾਬ ਦੇ ਰਿਪੇਰੀਅਨ ਹੱਕਾਂ ਨੂੰ ਸਮਝਣ ਲਈ ਇਹ ਫੈਸਲਾ ਬਹੁਤ ਮਹੱਤਵਪੂਰਨ ਹੈ। ਇਸ ਫੈਸਲੇ ਵਿੱਚ ਸਪਸ਼ਟ ਤੌਰ 'ਤੇ ਲਿਖਿਆ ਹੋਇਆ ਹੈ ਕਿ ਰਾਜਸਥਾਨ ਨਰਮਦਾ ਨਦੀ ਦੇ ਪਾਣੀ ਦੇ ਕਿਸੇ ਵੀ ਹਿੱਸੇ 'ਤੇ ਕੋਈ ਹੱਕ ਨਹੀਂ ਰੱਖਦਾ ਕਿਉਂਕਿ ਇਹ ਰਿਪੇਰੀਅਨ ਸੂਬਾ ਨਹੀਂ ਹੈ। ਇਸ ਫੈਸਲੇ ਨੂੰ ਆਧਾਰ ਬਣਾ ਕੇ ਪੰਜਾਬ ਦੇ ਰਿਪੇਰੀਅਨ ਹੱਕਾਂ ਦੀ ਰਾਖੀ ਲਈ ਨਿੱਗਰ ਕਦਮ ਪੁੱਟਣ ਦੀ ਲੋੜ ਸੀ। ਦੂਜਾ ਨੁਕਤਾ ਇਹ ਹੈ ਕਿ ਹਿਮਾਚਲ ਪ੍ਰਦੇਸ਼ ਨੇ ਭਾਖੜਾ ਡੈਮ ਪ੍ਰੋਜੈਕਟ ਵਿੱਚੋਂ ਆਪਣੇ ਹਿੱਸੇ ਦੀ ਬਿਜਲੀ ਦੀ ਮਾਤਰਾ ਵਧਾਉਣ ਅਤੇ 1966 ਤੋਂ ਹੁਣ ਤੱਕ ਮਿਲੀ ਘੱਟ ਬਿਜਲੀ ਦੀ ਰਾਇਲਟੀ ਲੈਣ ਵਾਸਤੇ ਇੱਕ ਕੇਸ ਅਦਾਲਤ ਵਿੱਚ ਕੀਤਾ ਹੋਇਆ ਸੀ। 27 ਸਤੰਬਰ 2011 ਨੂੰ ਇਸ ਕੇਸ ਦਾ ਜੋ ਫੈਸਲਾ ਆਇਆ ਉਹ ਵੀ ਕਾਫੀ ਦਿਲਚਸਪ ਸੀ। ਹੁਣ ਤੱਕ ਭਾਖੜਾ ਨੰਗਲ ਬਿਆਸ ਪ੍ਰੋਜੈਕਟ ਤੋਂ ਪੈਦਾ ਹੋ ਰਹੀ ਬਿਜਲੀ ਵਿੱਚ ਹਿਮਾਚਲ ਪ੍ਰਦੇਸ਼ ਦਾ 2.5% ਹਿੱਸਾ ਸੀ, ਰਾਜਸਥਾਨ ਦਾ 15.22%, ਪੰਜਾਬ ਦਾ 53.5%, ਹਰਿਆਣਾ ਦਾ 39.5% ਅਤੇ ਚੰਡੀਗੜ੍ਹ ਦਾ 3.5% ਹਿੱਸਾ ਸੀ। ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੀ ਅਪੀਲ ਨੂੰ ਜਾਇਜ਼ ਮੰਨਦਿਆਂ 38 ਪੇਜਾਂ ਦੀ ਇੱਕ ਲੰਬੀ ਜੱਜਮੈਂਟ ਦਿੱਤੀ। ਇਸ ਵਿੱਚ ਹਿਮਾਚਲ ਪ੍ਰਦੇਸ਼ ਦਾ ਹਿੱਸਾ ਵਧਾ ਕੇ 7.19% ਕਰ ਦਿੱਤਾ ਗਿਆ। ਇਹ ਹਿੱਸਾ ਪੰਜਾਬ ਤੇ ਹਰਿਆਣਾ ਦੇ ਹਿੱਸੇ ਵਿੱਚੋਂ ਕੱਟ ਕੇ ਵਧਾਇਆ ਗਿਆ ਸੀ। ਦਿਲਚਸਪ ਗੱਲ ਇਹ ਸੀ ਕਿ ਇਹ ਹਿੱਸਾ 1966 ਤੋਂ ਲਾਗੂ ਕੀਤਾ ਗਿਆ ਸੀ। ਇਸ ਫੈਸਲੇ ਵਿੱਚ ਬਕਾਇਦਾ ਇਸ ਗੱਲ ਦਾ ਜ਼ਿਕਰ ਹੈ ਕਿ ਡੇ 1 ਭਾਵ ਪਹਿਲੇ ਦਿਨ ਤੋਂ ਲਾਗੂ ਸਮਝਿਆ ਜਾਵੇ। ਦੂਜਾ ਮਸਲਾ ਹੁਣ ਤੱਕ ਘੱਟ ਮਿਲੀ ਬਿਜਲੀ ਦਾ ਅਵਜਾਨਾ ਲੈਣ ਦਾ ਸੀ। ਇਸ ਲਈ ਹਿਮਾਚਲ ਪ੍ਰਦੇਸ਼ ਨੇ 1966 ਤੋਂ ਹੁਣ ਤੱਕ ਮਿਲੀ ਘੱਟ ਬਿਜਲੀ ਦੀ ਕੀਮਤ 4249 ਕਰੋੜ ਰੁਪਏ ਮਿਥੀ ਸੀ ਅਤੇ ਇਹ ਪੈਸਾ ਪੰਜਾਬ ਤੇ ਹਰਿਆਣਾ ਤੋਂ ਵਸੂਲ ਕਰਨ ਬਾਰੇ ਅਪੀਲ ਕੀਤੀ ਸੀ। ਇਸ ਦਾਅਵੇ ਦੇ ਜਵਾਬ ਵਿੱਚ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਦੇ ਜਸਟਿਸ ਏ ਕੇ ਪਟਨਾਇਕ
ਅਤੇ ਐਮ ਬਾਈ ਇਕਬਾਲ ਦੇ ਬੈਂਚ ਅੱਗੇ ਇੱਕ ਹਲਫਨਾਮਾ ਦਾਇਰ ਕਰਕੇ ਕਿਹਾ ਕਿ ਵੱਧ ਬਿਜਲੀ ਵਰਤਣ ਕਰਕੇ ਪੰਜਾਬ ਅਤੇ ਹਰਿਆਣਾ ਹਿਮਾਚਲ ਨੂੰ 1498 ਕਰੋੜ ਰੁਪਏ ਦੀ ਰਾਇਲਟੀ ਦੇਣ। ਜੇ ਉਹ ਇੰਨੀ ਵੱਡੀ ਰਕਮ ਨਹੀਂ ਤਾਰ ਸਕਦੇ ਤਾਂ ਆਉਣ ਵਾਲੇ 30 ਸਾਲ ਤੱਕ ਹਿਮਾਚਲ ਨੂੰ ਵੱਧ ਬਿਜਲੀ ਮੁਹੱਈਆ ਕਰਵਾਉਣ। ਇਸ ਵੱਧ ਬਿਜਲੀ ਦਾ ਜ਼ਿਕਰ ਜੱਜਮੈਂਟ ਵਿੱਚ ਵੀ ਮਿਲਦਾ ਹੈ। ਜੱਜਮੈਂਟ ਦੀ ਕਾਪੀ ਮੇਰੇ ਕੋਲ ਮੌਜੂਦ ਹੈ। ਇਸ ਵਿੱਚ ਵੱਧ ਬਿਜਲੀ ਵਜੋਂ 12% ਦਾ ਜ਼ਿਕਰ ਹੈ। ਇਸ ਮਸਲੇ ਬਾਰੇ ਜ਼ਿਆਦਾ ਸਮਝ ਰੱਖਣ ਵਾਲੇ ਪਾਣੀ ਦੇ ਮਾਹਿਰ ਅਤੇ ਕਾਨੂੰਨਦਾਨ ਇਸ ਨੂੰ ਬਿਹਤਰ ਸਮਝ ਸਕਦੇ ਹਨ। ਇਸ ਫੈਸਲੇ ਅਤੇ ਕੇਂਦਰ ਸਰਕਾਰ ਦੇ ਇਸ ਕੇਸ ਵਿਚਲੇ ਰਵੱਈਏ ਅਤੇ ਹਲਫਨਾਮੇ ਤੋਂ ਸਿੱਖਿਆ ਲੈਂਦੇ ਹੋਏ ਪੰਜਾਬ ਨੂੰ ਵੀ ਆਪਣੇ ਦਰਿਆਈ ਪਾਣੀਆਂ ਦਾ ਇਵਜ਼ਾਨਾ ਲੈਣ ਲਈ ਕਾਨੂੰਨੀ ਦਾਅਵੇ ਅਪਣਾਉਣੇ ਚਾਹੀਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਸਿਰ ਲਗਭਗ 225 ਕਰੋੜ ਦਾ ਕਰਜ਼ਾ ਚੜਿਆ ਹੋਇਆ ਹੈ। ਜੇ ਇਹ ਅਭਿਯਾਨਾ ਮਿਲ ਜਾਂਦਾ ਹੈ ਤਾਂ ਪੰਜਾਬ ਕੋਲ ਇਹ ਸਾਰਾ ਕਰਜ਼ਾ ਚੁਕਾ ਕੇ ਵੀ ਪੈਸਾ ਬਚ ਸਕਦਾ ਹੈ। ਪਾਣੀਆਂ ਦੇ ਅੰਤਰਰਾਜੀ ਮਾਮਲਿਆਂ ਦੇ ਮਾਹਿਰ ਸਰਦਾਰ ਪ੍ਰੀਤਮ ਸਿੰਘ ਕੁੰਮੇਦਾਨ ਦਾ ਕਹਿਣਾ ਹੈ ਕਿ ਸੈਂਟਰਲ ਵਾਟਰ ਐਂਡ ਪਾਵਰ ਕਮਿਸ਼ਨ ਵੱਲੋਂ ਪਿੱਛੇ ਜਿਹੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ ਮਾਧੋਪੁਰ ਹੈੱਡਵਰਕਸ 'ਤੇ ਬਣੇ ਲੋਹੇ ਦੇ ਗੇਟ ਬਹੁਤ ਪੁਰਾਣੇ ਹਨ ਅਤੇ ਹਰ ਰੋਜ਼ 100 ਕਿਊਸਿਕ ਪਾਣੀ ਇੱਥੋਂ ਅਜਾਈ ਜਾ ਰਿਹਾ ਹੈ। ਕਮਿਸ਼ਨ ਨੇ ਇਸ 100 ਕਿਊਸਿਕ ਰੋਜ਼ਾਨਾ ਪਾਣੀ ਦੀ ਸਾਲਾਨਾ ਕੀਮਤ 100 ਕਰੋੜ ਰੁਪਏ ਗਿਣੀ ਹੈ। ਇਸੇ ਨੂੰ ਆਧਾਰ ਬਣਾ ਕੇ ਸਰਦਾਰ ਕੁੰਮੇਦਾਨ ਕਹਿੰਦੇ ਹਨ ਕਿ ਪੰਜਾਬ ਰਾਜਸਥਾਨ ਨੂੰ ਹਰ ਸਾਲ 1 ਕਰੋੜ ਏਕੜ ਫੁੱਟ ਭਾਵ 50 ਲੱਖ ਕਿਊਸਿਕ ਪਾਣੀ ਦੇ ਰਿਹਾ ਹੈ ਜਿਸ ਦੀ ਸਾਲਾਨਾ ਕੀਮਤ 14,000 ਕਰੋੜ ਰੁਪਏ ਬਣਦੀ ਹੈ ਅਤੇ ਜੇ 40 ਸਾਲਾਂ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਰਕਮ 5,60,000 ਕਰੋੜ ਰੁਪਏ ਬਣ ਜਾਂਦੀ ਹੈ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਰਾਜਸਥਾਨ ਨੂੰ ਜਾਂਦੇ ਪਾਣੀ ਕਾਰਨ ਪੰਜਾਬ ਵਿੱਚ ਪੈਦਾ ਹੋਈ ਘਾਟ ਦੇ ਸਿੱਟੇ ਵਜੋਂ ਪੰਜਾਬ ਅੰਦਰ 13 ਲੱਖ ਬਿਜਲੀ ਅਤੇ ਡੀਜ਼ਲ ਨਾਲ ਚੱਲਣ ਵਾਲੇ ਪੰਪਾਂ ਨਾਲ ਲਗਭਗ 2.5 ਕਰੋੜ ਏਕੜ ਫੁੱਟ ਪਾਣੀ ਜ਼ਮੀਨ ਹੇਠੋਂ ਕੱਢਿਆ ਜਾ ਰਿਹਾ ਹੈ। ਇਸ ਤਰ੍ਹਾਂ ਰਾਜਸਥਾਨ ਨੂੰ ਜਾਂਦੇ ਪਾਣੀ ਕਾਰਨ ਹੀ ਪੰਜਾਬ ਨੂੰ 80,000 ਕਰੋੜ ਰੁਪਏ ਦਾ ਹੁਣ ਤੱਕ ਹੋਰ ਨੁਕਸਾਨ ਹੋਇਆ। ਉਹਨਾਂ ਦਾ ਕਹਿਣਾ ਹੈ ਕਿ ਜੇ ਇਹ ਬਿਜਲੀ ਪਾਣੀ ਦੀ ਜਗ੍ਹਾ 'ਤੇ ਹੋਰ ਸਨਅਤੀ ਅਦਾਰਿਆਂ ਲਈ ਬਾਲੀ ਜਾਂਦੀ ਤਾਂ ਪੰਜਾਬ ਇੱਕ ਵੱਡਾ ਸਨਅਤੀ ਸੂਬਾ ਬਣ ਚੁੱਕਿਆ। ਪਾਣੀ ਦੀ ਅਹਿਮੀਅਤ ਨੂੰ ਪਛਾਣਨਾ ਪਵੇਗਾ। ਡਾਕਟਰ ਐਮ ਰੰਧਾਵਾ ਨੇ ਇੱਕ ਲੇਖ ਲਿਖਦਿਆਂ ਖਬਰਦਾਰ ਕੀਤਾ ਸੀ ਕਿ ਉਹ ਕੌਮਾਂ ਜਿਹੜੀਆਂ ਪਾਣੀ ਨੂੰ ਸੰਕੋਚ ਨਾਲ ਨਹੀਂ ਵਰਤਦੀਆਂ ਉਹਨਾਂ ਦੀ ਤਹਿਜੀਬ ਮਿੱਟ ਗਈ ਹੈ। ਲੋਕਾਂ ਨੂੰ ਹਿਜਰਤ ਕਰਨੀ ਪਈ ਹੈ ਅਤੇ ਮੁਲਕ ਰੇਗਿਸਤਾਨ ਬਣ ਗਏ ਹਨ। ਕਦੇ ਕਦੇ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਪੰਜਾਬ ਦੇ ਪਾਣੀਆਂ ਦਾ ਮਾਮਲਾ ਇਕੱਲਾ ਸਿੱਖਾਂ ਦਾ ਮਸਲਾ ਹੀ ਹੋ। ਅਜਿਹਾ ਤਾਂ ਲੱਗਦਾ ਹੈ ਕਿਉਂਕਿ ਪੰਜਾਬ ਦਾ ਹੋਰ ਕੋਈ ਵੀ ਭਾਈਚਾਰਾ ਕਦੇ ਵੀ ਇਸ ਮਸਲੇ ਬਾਰੇ ਗੱਲ ਨਹੀਂ ਕਰਦਾ। ਜਦੋਂ ਕਦੇ ਵੀ ਪੰਜਾਬੀਆਂ ਨੇ ਆਪਣੇ ਹੱਕਾਂ ਦੀ ਗੱਲ ਕੀਤੀ ਤਾਂ ਪੰਜਾਬ ਇੱਕ ਬਾਰਡਰ ਸਟੇਟ ਆਖ ਕੇ ਅਤੇ ਵੱਖਵਾਦ ਦਾ ਡਰਾਵਾ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਕੀ ਮੈਨੂੰ ਕੋਈ ਦੱਸ ਸਕਦਾ ਹੈ ਕਿ ਪਾਣੀਆਂ ਦੇ ਮਸਲੇ ਦੀ ਕਿਹੜੀ ਗੱਲ ਵਿੱਚੋਂ ਵੱਖਵਾਦ ਦਾ ਝਲਕਾਰਾ ਪੈਂਦਾ ਹੈ? ਕੀ ਤੁਹਾਨੂੰ ਪਤਾ ਹੈ ਕਿ ਅੱਜ ਪੰਜਾਬ ਕਿਸ ਮੋੜ ਉੱਤੇ ਖੜ੍ਹਾ ਹੈ?
ਕਿ ਪੰਜਾਂ ਦਰਿਆਵਾਂ ਦੀ ਧਰਤੀ ਦਾ ਪੰਜ ਆਬ ਤੋਂ ਬੇਆਬ ਹੋਣ ਤੱਕ ਦਾ ਸਫ਼ਰ ਸਾਨੂੰ ਮਨਜ਼ੂਰ ਹੈ। ਦੋਸਤੋ, ਅੰਕੜੇ ਬਹੁਤ ਗੰਭੀਰ ਹਨ ਅਤੇ ਇਹਨਾਂ ਅੰਕੜਿਆਂ ਤੋਂ ਵੀ ਜ਼ਿਆਦਾ ਗੰਭੀਰ ਹੈ ਸਾਡਾ ਅਵੇਸਲਾਪਨ। ਅਸਲੀਅਤ ਇਹ ਹੈ ਕਿ ਹਰੀ ਕ੍ਰਾਂਤੀ ਨੇ ਪੰਜਾਬ ਅਤੇ ਪੰਜਾਬ ਦੇ ਛੋਟੇ ਕਿਸਾਨ ਨੂੰ ਮਧੋਲ ਕੇ ਰੱਖ ਦਿੱਤਾ ਹੈ। ਖੇਤੀ ਵਿਰਾਸਤ ਮਿਸ਼ਨ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਕੁੱਲ 12,423 ਪਿੰਡਾਂ ਵਿੱਚੋਂ 11,804 ਪਿੰਡਾਂ ਵਿੱਚ ਪੀਣ ਵਾਲਾ ਪਾਣੀ ਖਰਾਬ ਹੈ। ਇਹ ਅੰਕੜਾ 2004 ਦਾ ਹੈ, ਜਦਕਿ 1980 ਵਿੱਚ 3712 ਪਿੰਡਾਂ ਦਾ ਪਾਣੀ ਖਰਾਬ ਸੀ। 2004 ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਕੁੱਲ 138 ਬਲਾਕਾਂ ਵਿੱਚੋਂ 112 ਬਲਾਕਾਂ ਦਾ ਪਾਣੀ ਖਰਾਬ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 103 ਪੂਰੀ ਤਰ੍ਹਾਂ ਖਰਾਬ ਹੋ ਗਏ ਹਨ, ਜਦਕਿ 1983 ਵਿੱਚ ਖਰਾਬ ਬਲਾਕਾਂ ਦੀ ਗਿਣਤੀ 53 ਸੀ। ਹੁਣ ਪੰਜਾਬ ਵਿੱਚ ਤਕਰੀਬਨ 14 ਲੱਖ ਟਿਊਬਵੈੱਲ ਹਨ ਜੋ ਅੰਨੇਵਾਹ ਧਰਤੀ ਤੋਂ ਪਾਣੀ ਕੱਢੀ ਜਾ ਰਹੇ ਹਨ। 1970 ਵਿੱਚ ਇਹ ਸੰਖਿਆ 1,92,000 ਸੀ। ਪੰਜਾਬ ਵਿੱਚ 1960-61 ਵਿੱਚ 624,000 ਟਨ ਕੀਟਨਾਸ਼ਕਾਂ ਦੀ ਖਪਤ ਹੁੰਦੀ ਸੀ, ਜਦਕਿ 2004-5 ਵਿੱਚ ਇਹ ਮਾਤਰਾ ਤਕਰੀਬਨ 10 ਗੁਣਾ ਵੱਧ ਕੇ 6,490,000 ਟਨ ਹੋ ਗਈ ਹੈ। 1950-51 ਵਿੱਚ ਕੀਟਨਾਸ਼ਕ ਰਾਹੀਂ ਸਪਰੇ ਪੰਪਾਂ ਦੀ ਗਿਣਤੀ ਤਕਰੀਬਨ 2,000 ਸੀ ਅਤੇ 2004-5 ਵਿੱਚ ਇਹ ਵੱਧ ਕੇ ਤਕਰੀਬਨ 6 ਲੱਖ ਤੱਕ ਪਹੁੰਚ ਗਈ ਹੈ। ਕੈਂਸਰ, ਕਾਲਾ ਪੀਲੀਆ, ਸਰੀਰਕ ਜਮਾਂਦਰੂ ਨੁਕਸ ਵਰਗੇ ਕੇਸ ਲਗਾਤਾਰ ਵੱਧ ਰਹੇ ਹਨ। ਸਭ ਤੋਂ ਦੁੱਖ ਭਰੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਕੀਟਨਾਸ਼ਕ ਜਿਨ੍ਹਾਂ ਵਿੱਚ BHC ਅਤੇ DDT ਸ਼ਾਮਲ ਹਨ ਦੇ ਟ੍ਰੇਸਿਸ ਮਾਵਾਂ ਦੇ ਦੁੱਧ ਵਿੱਚੋਂ ਮਿਲੇ ਹਨ। ਮਾਵਾਂ ਦਾ ਇਹ ਦੁੱਧ ਹੈਲਥ ਆਰਗੇਨਾਈਜੇਸ਼ਨ ਨੇ ਆਮ ਰੂਟੀਨ ਚੈੱਕਅਪ ਲਈ ਲਿਆ ਸੀ। ਇਹ ਅੰਕੜੇ ਤਾਂ ਅਜੇ ਸਿਹਤ ਨਾਲ ਹੀ ਸੰਬੰਧਿਤ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਹਰੀ ਕ੍ਰਾਂਤੀ ਨਾਲ ਸ਼ਾਇਦ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਗਿਆ ਹੋਵੇਗਾ ਤਾਂ ਇਹ ਸ਼ੱਕ ਵੀ ਕੱਢ ਲੈਣਾ ਚਾਹੀਦਾ ਹੈ। ਇਕਨਾਮਿਕ ਐਂਡ ਪੋਲੀਟੀਕਲ ਵੀਕਲੀ ਦੀ ਜੂਨ 2014 ਦੀ ਰਿਪੋਰਟ ਮੁਤਾਬਕ ਸੰਨ 2000 ਤੋਂ 2011 ਤੱਕ ਪੰਜਾਬ ਦੇ 3507 ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ, ਹਾਲਾਂਕਿ ਅਸਲ ਤੱਤ ਇਸ ਤੋਂ ਹੋਰ ਵੀ ਵਧੇਰੇ ਹੋ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਰਿਪੋਰਟ ਵਿੱਚ ਆਖਿਆ ਹੈ ਕਿ ਪਾਣੀ ਦੀ ਕਮੀ ਕਾਰਨ ਕਿਸਾਨਾਂ ਨੇ 604 ਕਰੋੜ ਦਾ ਡੀਜ਼ਲ ਅਤੇ 800 ਕਰੋੜ ਰੁਪਏ ਟਿਊਬਵੈੱਲਾਂ ਨੂੰ ਡੂੰਘੇ ਕਰਨ ਲਈ ਖਰਚ ਦਿੱਤੇ ਹਨ। ਖੇਤੀਬਾੜੀ ਵਿਰਾਸਤ ਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਦੇ ਔਸਤ 43% ਕਿਸਾਨ ਕਰਜ਼ੇ ਹੇਠ ਹਨ। ਪੰਜਾਬ ਵਿੱਚ ਇਹ ਔਸਤ 53% ਹੈ। ਪੰਜਾਬ ਦੇ ਕਿਸਾਨਾਂ ਸਿਰ 10,000 ਕਰੋੜ ਤੋਂ ਵੱਧ ਦਾ ਕਰਜ਼ਾ ਹੈ। ਪੰਜਾਬ ਦੇ 65% ਕਿਸਾਨ ਔਸਤ 41,576 ਰੁਪਏ ਕਰਜ਼ੇ ਹੇਠ ਹਨ, ਜਦਕਿ ਰਾਸ਼ਟਰੀ ਔਸਤ 12,585 ਹੀ ਹੈ। ਪੰਜਾਬ ਕੋਲ ਦੇਸ਼ ਦੀ 1.5% ਧਰਤੀ ਹੈ ਅਤੇ 2.5% ਖੇਤੀਯੋਗ ਜ਼ਮੀਨ ਹੈ। ਪੰਜਾਬ ਦਾ ਕਿਸਾਨ ਦੇਸ਼ ਦੀ 60% ਕਣਕ ਅਤੇ 40% ਝੋਨਾ ਪੈਦਾ ਕਰਦਾ ਹੈ। ਖੇਤੀ ਲਈ ਕੁੱਲ ਵਰਤੇ ਜਾਣ ਵਾਲੇ ਪਾਣੀ ਦਾ 70% ਹਿੱਸਾ ਝੋਨਾ ਡਕਾਰ ਜਾਂਦਾ ਹੈ। 1 ਕਿਲੋ ਚੌਲ ਪੈਦਾ ਕਰਨ ਲਈ 2708 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਇਹ ਅੰਕੜਾ ਨਾਸਾ ਵੱਲੋਂ ਜਾਰੀ ਕੀਤਾ ਗਿਆ ਹੈ, ਜਦਕਿ ਉੜੀਸਾ ਖੇਤੀਬਾੜੀ ਯੂਨੀਵਰਸਿਟੀ ਇਹ ਅੰਕੜਾ 5,000 ਲੀਟਰ ਦੱਸਦੀ ਹੈ। ਪੰਜਾਬ ਨਾਲ ਸੰਬੰਧਿਤ ਰਿਪੋਰਟਾਂ 4,000 ਲੀਟਰ ਦੱਸਦੀਆਂ ਹਨ।
ਕੀ ਇਹ ਸੌਦਾ ਲਾਹੇਵੰਦ ਹੈ? ਉਹ ਵੀ ਉਦੋਂ ਜਦੋਂ 1 ਲੀਟਰ ਸ਼ੁੱਧ ਪਾਣੀ ਦੀ ਬੋਤਲ ਤਕਰੀਬਨ 12 ਰੁਪਏ ਦੀ ਮਿਲਦੀ ਹੈ ਤੇ 1 ਕਿਲੋ ਚੌਲਾਂ ਦੀ ਕੀਮਤ ਵੀ ਤਕਰੀਬਨ 12 ਰੁਪਏ ਹੀ ਹੈ। 1 ਕਿਲੋ ਚੌਲਾਂ ਦੀ ਪੈਦਾਵਾਰ ਲਈ 2700 ਲੀਟਰ ਪਾਣੀ ਦੀ ਖਪਤ ਇਹ ਕਿੰਨੀ ਕੁ ਜਾਇਜ਼ ਹੈ? ਇਹ ਵੀ ਇੱਕ ਤੱਥ ਹੈ ਕਿ ਝੋਨਾ ਪੰਜਾਬ ਦੀ ਫਸਲ ਵੀ ਨਹੀਂ ਹੈ। ਇਸ ਦੀ ਪੈਦਾਵਾਰ ਨੇ ਪੰਜਾਬ ਨੂੰ ਪਾਣੀ ਪੱਖੋਂ ਕੰਗਾਲ ਕਰ ਦੇਣਾ ਹੈ। ਲਗਾਤਾਰ ਤੇ ਅੰਨੇਵਾਹ ਹੋ ਰਹੀ ਭਾਰੀ ਮਸ਼ੀਨਰੀ ਦੀ ਵਰਤੋਂ ਨੇ ਧਰਤੀ ਦੇ ਉੱਪਰੀ ਭਾਗ ਨੂੰ ਪੂਰੀ ਤਰ੍ਹਾਂ ਪ੍ਰੈਸ ਕਰ ਦਿੱਤਾ ਹੈ। ਧਰਤੀ ਦੇ ਉੱਪਰ 6 ਇੰਚ ਤੋਂ ਲੈ ਕੇ 24 ਇੰਚ ਤੱਕ ਇੱਕ ਮੋਟੀ ਤਹਿ ਜੰਮ ਗਈ ਹੈ ਜੋ ਮੀਂਹ ਦਾ ਪਾਣੀ ਧਰਤੀ ਵਿੱਚ ਰੀਚਾਰਜ ਨਹੀਂ ਹੋਣ ਦੇ ਰਹੀ। ਇਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ਅਤੇ ਪਾਣੀ ਖਰਾਬ ਵੀ ਹੋ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਨਵੀਂ ਸਮੱਸਿਆ ਨਾਲ ਸਿੱਝਣ ਲਈ ਤਹਿ ਤੋੜ ਹਲ ਵਰਤਣ ਦੀ ਸਲਾਹ ਦਿੱਤੀ ਹੈ। ਆਮ ਹਲ ਤਕਰੀਬਨ 6 ਤੋਂ 12 ਇੰਚ ਤੱਕ ਹੀ ਗੁਡਾਈ ਕਰਦਾ ਹੈ ਪਰ ਤਹਿ ਤੋੜ ਹਲ ਤਕਰੀਬਨ 24 ਇੰਚ ਭਾਵ 2 ਫੁੱਟ ਤੱਕ ਗੁਡਾਈ ਕਰਦਾ ਹੈ। ਮਾਹਿਰਾਂ ਨੇ ਹਰ 3 ਤੋਂ 4 ਸਾਲ ਬਾਅਦ 1 ਵਾਰ ਤਹਿ ਤੋੜ ਹਲ ਵਰਤਣ ਦਾ ਸੁਝਾਅ ਦਿੱਤਾ ਹੈ ਤਾਂ ਜੋ ਮੀਂਹ ਦਾ ਪਾਣੀ ਧਰਤੀ ਵਿੱਚ ਸਮਾ ਸਕੇ। ਸਮੱਸਿਆਵਾਂ 1 ਨਹੀਂ ਹਨ ਬਲਕਿ ਬਹੁਤ ਸਾਰੀਆਂ ਸਮੱਸਿਆਵਾਂ ਹਨ। ਕੁਝ ਸਰਕਾਰੀ ਹਨ ਅਤੇ ਕੁਝ ਸਮਾਜਿਕ ਵੀ ਹਨ। ਇਹਨਾਂ ਦਾ ਹੱਲ ਅਸੀਂ ਰਲ ਮਿਲ ਕੇ ਲੱਭਣਾ ਹੈ ਤਾਂ ਜੋ 5 ਦਰਿਆਵਾਂ ਦੀ ਧਰਤੀ ਦੇਸ਼ ਪੰਜਾਬ ਨੂੰ ਬਚਾਇਆ ਜਾ ਸਕੇ। ਗੁਰਾਂ ਦੇ ਨਾਮ ਤੇ ਵਸਣ ਵਾਲੇ ਗੁਰਾਂ ਦੇ ਪੰਜਾਬ ਨੂੰ ਗੁਰੂ ਸਾਹਿਬ ਅਸੀਸ ਬਖਸ਼ਣ। ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿੱਦਾਂ ਲੱਗੀ ਜ਼ਰੂਰ ਦੱਸਣਾ। ਫੀਡਬੈਕ ਲਈ ਤੁਸੀਂ ਸਾਡੇ ਫੇਸਬੁੱਕ ਪੇਜ facebook.com/ਧਰਮਯੁੱਧ ਨਾਲ ਜੁੜ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ। ਸਾਡਾ ਈਮੇਲ ਪਤਾ ਹੈ bagi@yahoo.com ਯਾਨੀ bagee@yahoo.com। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।